ਡਾਕਟਰ ਗੁਰਪ੍ਰੀਤ ਕੌਰ ਜੀ ਜੋ ਪ੍ਰੈਗਨੈਂਟ ਨੇ ਤੇ ਉਹਨਾਂ ਨੂੰ ਅਧਿਕਾਰ ਆ ਜੇ ਤੁਸੀਂ ਦੋਨੇ ਬੱਚੇ ਨੇ ਆਪਣੀ ਮਾਂ ਦਾ ਪੱਲਾ ਫੜਿਆ ਲੇਕਿਨ ਆਪਣੇ ਪਿਓ ਨੂੰ ਇਗਨੋਰ ਕਰ ਦਿੱਤਾ ਤੁਸੀਂ ਕਦੇ ਆਪਣੇ ਪਿਓ ਨੂੰ ਮਸਲਾ ਦਿੱਤਾ ਸੀ ਵੀ ਡੈਡੀ ਤੁਸੀਂ ਚਿੰਤਾ ਨਾ ਕਰੋ ਅਸੀਂ ਤੁਹਾਡੇ ਨਾਲ ਆ ਵੀਡੀਓ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੇ ਵੀ ਤੇ ਨੀ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਸੀ ਜਿਹਦੇ ਵਿੱਚ ਭਗਵੰਤ ਮਾਨ ਦੇ ਉੱਪਰ ਵੱਡੇ ਇਲਜ਼ਾਮ ਲਾਏ ਸਿਗੇ ਉਹਨਾਂ ਇਲਜ਼ਾਮਾਂ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਬੇਟੀ ਹੀ ਉਹਨਾਂ ਇਲਜ਼ਾਮਾਂ ਦੇ ਵਿੱਚ ਫਸਦੀ ਜਾ ਰਹੀ ਹੈ ਲੋਕ ਨੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਸੀਰਤ ਕੌਰ ਮਾਨ ਦੇ ਵਿਰੁੱਧ ਬੋਲਦੇ ਪਏ ਨੇ ਤੇ ਉਹਨਾਂ ਨੂੰ ਕਹਿੰਦੇ ਪਏ ਨੇ ਕਿ ਤੁਹਾਨੂੰ ਹੁਣ 8-9 ਸਾਲਾਂ ਬਾਅਦ ਭਗਵੰਤ ਮਾਨ ਦੀ ਯਾਦ ਆ ਗਈ ਤੁਸੀਂ ਪਹਿਲਾਂ ਕਿੱਥੇ ਸੀ ਜਦ ਅਗੇ ਕਿਹਾ ਕਿ ਤੁਸੀਂ ਡੈਡੀ ਜੀ ਫਿਕਰ ਨਾ ਕਰੋ ਅਸੀਂ ਤੁਹਾਡਾ ਸਹਾਰਾ ਬਣਾਂਗੇ ਜੇ ਜੇ ਹੁਣ ਭਗਵੰਤ ਮਾਨ ਦੀ ਵਾਈਫ ਡਾਕਟਰ ਗੁਰਪ੍ਰੀਤ ਕੌਰ ਪ੍ਰੈਗਨੈਂਟ ਨੇ ਤੇ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲੈ ਲਾਂਗਾ ਤਾਂ ਤੁਸੀਂ ਹੁਣ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਉਸ ਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਤੇ ਲੋਕ ਇੱਥੇ ਹੀ ਕਹਿੰਦੇ ਪਏ ਨੇ ਕਿ ਇਹਨਾਂ ਨੂੰ ਡਰਾ ਕਿ ਸਾਡੀ ਜਾਇਜ਼ਤ ਆ ਕੋਈ ਹੋਰ ਬਾਰਿਸ਼ ਬਣ ਜਾਊਗਾ ਬਾਕੀ ਤੁਸੀਂ ਕੀ ਸੋਚਦੇ ਹੋ ਇਹਨਾਂ ਗੱਲਾਂ ਬਾਰੇ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਕਿ ਇੱਥੇ ਭਗਵੰਤ ਮਾਨ ਸਹੀ ਆ ਜਾਂ ਡਾ ਉਸਦੀ ਬੇਟੀ ਸੀਰਤ ਕੌਰ ਮਾਨ ਬਾਕੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ